ਉਹਨਾਂ ਦੇ ਉਸ ਵੇਲੇ ਉਹਨਾਂ ਵੱਲੋਂ ਕੀ ਰਿਐਕਸ਼ਨ ਹੁੰਦੇ ਆ, ਉਹ ਕਿਸ ਤਰ੍ਹਾਂ ਤੁਹਾਨੂੰ ਕਾਮ ਡਾਊਨ ਕਰਦੇ ਕਿ ਸਿੱਧੂ ਹਜੇ ਇਸ ਚੀਜ਼ 'ਤੇ ਰਿਐਕਟ ਨਾ ਕਰਨਾ, ਹਜੇ ਬੈਸਟ ਟਾਈਮ ਨਹੀਂ ਆ, ਹਜੇ ਠੀਕ ਟਾਈਮ ਨਹੀਂ ਆ, ਇਸ ਨੂੰ ਇਗਨੋਰ ਕਰੋ, ਕਿਸ ਤਰ੍ਹਾਂ ਸਮਝਾਉਂਦੇ ਨੇ? ਪਤਾ ਕੀ ਗੱਲ ਹੈ, ਹੁਣ ਤੁਸੀਂ ਵੀ ਦੇਖ ਕੇ ਆਏ ਹੋ ਆਪਾਂ ਕਿਹੜੀ ਕਵਿਤਾ ਤੋਂ ਬਿਲੋਂਗ ਕਰਦੇ ਹਾਂ ਅਤੇ ਆਪਣੇ ਮਾਪੇ ਕਿੱਦਾਂ ਦੇ ਨੇ, ਇਹਨਾਂ ਨੂੰ ਤਾਂ ਮੈਨੂੰ ਸਮਝਾਉਣਾ ਪੈਂਦਾ ਹੈ। ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ, ਕਦੇ ਕਦੇ ਮੈਨੂੰ ਵੀ ਮੱਤ ਦਿੰਦੇ ਨੇ ਅਤੇ ਮੈਂ ਵੀ ਇਹਨਾਂ ਨੂੰ ਸਮਝਾਉਂਦਾ ਵੀ ਮੰਮੀ ਇਹ ਇੰਨੀ ਸੌਖੀ ਚੀਜ਼ ਨਹੀਂ ਹੈਗੀ, ਤੁਸੀਂ ਟੈਨਸ਼ਨ ਨਾ ਲਓ। ਉਹਨਾਂ ਨੇ ਜਦੋਂ ਫੇਸਬੁੱਕ 'ਤੇ ਲੋਕ ਬੜਾ ਕੁਛ ਬੋਲਦੇ ਜੀ ਅੱਜ ਕੱਲ੍ਹ, ਬੜਾ ਕੁਛ ਕਹਿੰਦੇ ਨੇ ਵੀ ਫਲਾਨਾ ਧਮਕਾ ਮਾਂ ਪਿਓ ਨੂੰ ਜੇ ਵੋ, ਉਹ ਬੜਾ ਟੈਨਸ਼ਨ ਵੀ ਐਂ ਕਾਹਤੋਂ ਬੋਲਦੇ ਨੇ ਇਹ, ਪਤਾ ਐਂ ਕਿਉਂ ਬੋਲਦੇ ਨੇ ਵੀ ਇਹਨਾਂ ਦੇ ਕੋਈ ਐਂ ਮੰਮੀ ਕੋਈ ਨਹੀਂ ਟੈਨਸ਼ਨ ਨਾ ਲਓ, ਤੁਸੀਂ ਕੋਈ ਚੱਕਰ ਵਾਲੀ ਗੱਲ ਨਹੀਂ, ਕੰਮ ਆ ਤੁਸੀਂ ਫੇਸਬੁੱਕ ਨਾ ਚਲਾਇਆ ਕਰੋ, ਤੁਹਾਨੂੰ ਬਾਹਲੀ ਵਾਰੀ ਕਿਹਾ ਤੁਸੀਂ ਆਹ ਨਾ ਕਰਿਆ ਕਰੋ। ਵੀ ਦੇਖੋ ਜੀ, ਐਡਾ ਬੇਵਕੂਫ਼ ਕੋਈ ਹੁੰਦਾ ਨਹੀਂ, ਹੋ ਨਹੀਂ ਸਕਦਾ ਵੀ ਜਿਹੜਾ ਕੋਈ ਕਿਸੇ ਨੂੰ ਜਾਣ ਕੇ ਕਿਸੇ ਨੂੰ ਕੁਛ ਮਾੜਾ ਬੋਲੂ ਜਾਂ ਨੈਗੇਟਿਵ ਬੋਲੂ, ਹੈ ਨਾ ਜੀ। ਹੁਣ ਇਹੀ ਗੱਲ ਹੈ ਜੀ, ਕੋਈ ਵੀ ਗਾਣਾ ਤੁਸੀਂ ਕਿਸੇ ਵਰਗ 'ਚ ਚਲਾਓਗੇ, ਉਹ ਕੋਈ ਕਿਸੇ ਦਾ ਕੀ ਰਿਐਕਸ਼ਨ ਹੋ, ਕਿਸੇ ਦਾ ਕੀ ਰਿਐਕਸ਼ਨ ਹੋ, ਇੰਜੋਏ ਸਾਰੇ ਹੀ ਕਰਦੇ ਨੇ ਜੀ, ਹੈ ਨਾ ਜੀ। ਅਤੇ ਵੀ ਚਲੋ ਠੀਕ ਹੈ ਜੀ, ਦਸਤੂਰ ਹੈ ਦੁਨੀਆਦਾਰੀ ਦਾ, ਮੈਂ ਤਾਂ ਇਸ ਚੀਜ਼ 'ਚ ਕਹਿੰਦਾ ਨਹੀਂ ਵੀ ਜੇ ਤੁਸੀਂ ਸਿਆਣੇ ਹੋ ਜੀ, ਜੇ ਤੁਹਾਨੂੰ ਵਧੀਆ ਨਹੀਂ ਲੱਗਦੇ ਤਾਂ ਮੇਰਾ ਜੀ ਮਿਊਜ਼ਿਕ ਬਲੌਕ ਕਰ ਦਿਓ, ਮੇਰਾ ਚੈਨਲ ਅਨਸਬਸਕ੍ਰਾਈਬ ਕਰ ਦਿਓ, ਕਾਟਾ ਮਾਰ ਦਿਓ ਵੀ ਇਹ ਬੰਦਾ ਗਾਣਾ ਸੁਣਨਾ ਨਹੀਂ, ਨਾ ਮੈਂ ਆਪਣੇ ਟੱਬਰ 'ਚ ਸੁਣ ਲੈਣਾ। ਦੈਟਸ ਇਟ ਜੀ, ਕਿਸੇ ਨੂੰ ਜੇ ਤੁਸੀਂ ਚਾਹੁੰਦੇ ਵੀ ਹੋ ਨਾ ਕੋਈ ਬੰਦਾ ਸਾਡੇ ਤੋਂ ਦੂਰ ਹੋਵੇ, ਬਹੁਤ ਈਜ਼ੀ ਚੀਜ਼ ਹੈ ਜੀ, ਡਿਲੀਟ ਵਾਲਾ ਬਟਨ ਸਾਰਿਆਂ ਦੇ ਫੋਨ 'ਚ ਹੁੰਦਾ, ਨਾ ਸੁਣੋ ਬਾਈ, ਕਾਟਾ ਮਾਰ ਦਿਓ, ਇਹ ਬੰਦਾ ਸੁਣਨਾ ਹੀ ਨਹੀਂ। ਸਿੱਧੂ ਮੂਸੇ ਵਾਲਾ ਗਲਤ ਗਾਉਂਦਾ, ਇਹਦੀ ਗਾਇਕੀ ਗਲਤ ਹੈ, ਫੈਮਿਲੀ ਨੂੰ ਸਿੱਖਿਆ ਰਹੀ ਇਹ ਬਹੁਤ ਗਲਤ ਹੈ ਜੀ, ਕਾਟਾ ਮਾਰ ਦਿਓ ਜੀ। ਪਰ ਕਿਸੇ ਬਾਰੇ ਮਾੜਾ ਚੰਗਾ ਬੋਲਣਾ ਕਿਸੇ ਚੀਜ਼ ਦਾ ਵੇਹ ਨਹੀਂ ਹੈਗਾ। ਅੱਜ ਕੱਲ੍ਹ ਪਤਾ ਕੀ ਗੱਲ ਹੈ ਜੀ, ਅੱਜ ਕੱਲ੍ਹ ਹਰੇਕ ਦੇ ਫੈਮਿਲੀ ਫਰਸਟ੍ਰੇਸ਼ਨਸ ਬਹੁਤ ਨੇ, ਅਤੇ ਸੋਸ਼ਲ ਮੀਡੀਆ ਹੀ ਰਹਿ ਗਿਆ ਕੱਟਣ ਦਾ ਇੱਕ ਤਰੀਕਾ ਜੀ, ਅਤੇ ਵੀ ਕਿਸ ਨੂੰ ਬੋਲਦੇ ਵੀ ਹੁਣ ਗੁੱਸਾ, ਮੈਂ ਲੜਕਿਆ ਵਾਂ ਮੰਮੀ ਪਾਪਾ ਨਾਲ, ਅਤੇ ਮੈਂ ਕਹਿਣਾ ਤੁਹਾਡੀ ਭੈਣ ਨੂੰ ਤੁਹਾਡੀ ਨੂੰ, ਹੈ ਨਾ ਵੀ ਮੈਂ ਗਾਲਾਂ ਕੱਢੀ ਜਾਵਾਂ ਕਿਸੇ ਨੂੰ ਜੀ, ਹੈ ਨਾ, ਉਹ ਫਿਰ ਮੈਨੂੰ ਸੈਟਿਸਫੈਕਸ਼ਨ ਵੀ ਚੱਲ ਇੱਧਰ ਤਾਂ ਨਿਕਲ ਗਿਆ ਮੇਰਾ, ਕਿਤੇ ਮੈਂ ਕਿਤੇ ਤਾਂ ਨਿਕਲ ਗਿਆ ਜੀ। ਚਲੋ ਠੀਕ ਹੈ ਜੀ, ਕਿਸੇ ਦਾ ਨਿਕਲ ਹੈ ਨਾ, ਲਿਖਿਆ ਹੁੰਦਾ ਜੀ ਕਿਸੇ ਦੇ, ਬਈ ਕਿਆ ਪਤਾ ਕਹਿੰਦੇ ਹੁੰਦੇ ਵੀ ਚਲੋ ਠੀਕ ਹੈ ਵੀ, ਉਹ ਕਹਿੰਦੇ ਨੇ ਉਹਦੀਆਂ ਬੁੜੀਆਂ ਵੀ ਕੋਈ ਨਹੀਂ ਪੁੱਤ ਦੁਨੀਆਂ ਮੈਲ ਧੋਂਦੀ ਹੈ, ਹੈ ਨਾ, ਕੋਈ ਚੱਕਰ ਨਹੀਂ ਜਾਏ, ਕਹਿੰਦੇ ਚਲ ਠੀਕ ਹੈ, ਜਿੱਥੇ ਯਾਰ ਇੰਨੇ ਬੋਲ ਗਏ ਤਾਂ ਤੂੰ ਬੋਲਦੇ ਰਾਜੀ ਹੈ, ਠੀਕ ਹੈ ਬਸ ਤੂੰ ਕੁਛ ਰਿਹਾ, ਆਪਣਾ ਤਾਂ ਹੈ ਜੀ ਠੰਡੇ ਦਿਮਾਗ ਨਾਲ ਵੀ ਇਹੀ ਹੈ ਜੀ, ਜੇ ਆਪਾਂ ਐਂਗਰੀ ਹੋਈ ਜਾਵਾਂਗੇ ਫਿਰ ਉਹਨਾਂ 'ਤੇ ਆਪਣੇ 'ਚ ਕੋਈ ਫਰਕ ਨਹੀਂ ਪੈ ਜਾਂਦਾ। ਪਰ ਅਦੋ ਕਿੰਨਾ ਕੁ ਬੁਰਾ ਲੱਗਦਾ ਜਦੋਂ ਤੁਸੀਂ ਕਿਸੇ ਗਲਤ ਇੰਟੈਂਸ਼ਨ ਨਾਲ ਕੋਈ ਚੀਜ਼ ਨਹੀਂ ਲਿਖੀ ਹੁੰਦੀ ਹੈ, ਬਟ ਸਟਿਲ ਉਸਨੂੰ ਕਿਸੇ ਹੋਰ ਵੇ ਦੇ ਵਿੱਚ ਲੈ ਕੇ ਜਾ ਕੇ ਫਿਰ ਉਸ ਚੀਜ਼ 'ਤੇ ਇੰਨੇ ਮੁੱਦੇ ਬਣਾ ਦਿੰਦੇ ਆ। ਪਤਾ ਕੀ ਗੱਲ ਹੈ ਮੈਡਮ ਜੀ, ਮੈਂ ਬੜੇ ਕੁਐਸਚਨ ਪੁੱਛਦਾ ਹੁਣ, ਮੈਂ ਇੱਕ ਗੀਤ ਲਿਖਿਆ ਹੁਣ, ਉਹ ਮੈਂ ਰਿਲੀਜ਼ ਨਹੀਂ, ਮੈਂ ਰਿਕਾਰਡ ਵੀ ਨਹੀਂ ਕੀਤਾ, ਮੈਂ ਲੀਕ ਨਾ ਹੋ ਜਾਵੇ, ਮੈਂ ਗਾਣਾ ਕਰੂੰਗਾ ਰਿਲੀਜ਼ ਛੇਤੀ ਕਰੂੰਗਾ। ਮੈਂ ਇੱਕ ਗੱਲ ਸੋਚਦਾ ਵੀ ਇਨਸਾਨ ਗਲਤੀਆਂ ਦਾ ਪੁਤਲਾ ਜੀ, ਸਾਰਿਆਂ ਤੋਂ ਹੋ ਜਾਂਦੀ ਹੈ, ਪਰ ਮੈਂ ਇੱਕ ਗੱਲ ਕਹਿਣਾ ਵੀ ਤੁਸੀਂ ਸਾਨੂੰ ਆਪਣਾ ਕਿਉਂ ਨਹੀਂ ਮੰਨਦੇ ਯਾਰ, ਅਸੀਂ ਗਾ ਰਹੇ ਹਾਂ, ਅਸੀਂ ਕਿਸੇ ਲੋਕਾਂ ਦੇ, ਅਸੀਂ ਕੋਈ ਮੈਂ ਜੋਇਸ਼ ਤਾਂ ਹੈ ਨਹੀਂ, ਕ੍ਰਿਸਚਨ ਨਹੀਂ ਹੈਗਾ, ਮੈਂ ਵੀ ਸਿੱਖ ਹਾਂ ਜੀ, ਮੈਂ ਸਰਦਾਰਾਂ ਦਾ ਮੁੰਡਾ ਜੀ, ਹੈ ਨਾ, ਮੇਰੇ ਸਿਰ 'ਤੇ ਪੱਗ ਹੈ ਜੀ, ਮੈਂ ਕੇਸ ਰੱਖੇ ਹੋਏ ਹੈ ਨਾ ਜੀ, ਠੀਕ ਹੈ, ਹਾਂ ਮੈਂ ਪੂਰੇ ਬਾਣੇ 'ਚ ਨਹੀਂ ਹੈਗਾ, ਹਜੇ ਮੇਰੀ ਦਾੜੀ ਕੱਟੀ ਹੋਈ ਹੈ, ਚਲੋ ਜਦੋਂ ਮੈਨੂੰ ਵਾਹਿਗੁਰੂ ਨੇ ਸੋਝੀ ਦਿੱਤੀ ਮੈਂ ਸ਼ਾਇਦ ਉਸ ਬਾਣੇ 'ਚ ਵੀ ਆ ਜਾਂ ਜਦੋਂ ਮੈਨੂੰ ਸੋਝੀਏ। ਵੀ ਐਵੇਂ ਬਿਹੇਵ ਕਿਉਂ ਕੀਤਾ ਜਾਂਦਾ ਵੀ ਜਾਂ ਅਸੀਂ ਸਿੱਖ ਪੰਥ ਦੇ ਦੁਖੀ ਨਹੀਂ ਹੈਗੇ, ਵੀ ਜਾਂ ਅਸੀਂ ਕੁਛ ਇਹੋ ਜਿਹਾ, ਮੈਂ ਕੁਛ ਇਹੋ ਜਿਹਾ ਉਚਾਰਨ ਕਰੂੰਗਾ ਵੀ ਜਿਹਦੇ ਨਾਲ ਮੇਰੇ ਧਰਮ ਦੀ ਰੈਪੋ ਡਾਊਨ ਹੁੰਦੀ ਹੈ, ਕਦੇ ਹੋ ਸਕਦਾ ਜੀ ਇੱਦਾਂ? ਮੈਂ ਕਦੇ ਸੋਚੂੰਗਾ, ਤੁਸੀਂ ਕਦੇ ਸੋਚੋਗੇ? ਕਦੇ ਵੀ। ਚਾਹੇ ਤੁਸੀਂ ਹਿੰਦੂ ਹੋ, ਜੇ ਤੁਸੀਂ ਹਿੰਦੂ ਵੀ ਹੋ, ਤੁਸੀਂ ਕਦੇ ਸੋਚੋਗੇ ਵੀ ਜੇ ਆਪਾਂ ਵਿਸ਼ਨੂੰ ਜੀ ਬਾਰੇ ਜਾਂ ਸ਼੍ਰੀ ਕ੍ਰਿਸ਼ਨ ਜੀ ਬਾਰੇ ਕੁਛ ਗਲਤ ਬੋਲਾਂਗੇ, ਤੁਸੀਂ ਇੰਟੈਂਸ਼ਨਲੀ ਕਦੇ ਬੋਲੋਗੇ? ਕਦੇ ਨਹੀਂ ਹੋ ਸਕਦਾ ਜੀ, ਮੇਰੀ ਵੀ ਇੰਟੈਂਸ਼ਨ ਨਹੀਂ ਸੀਗੀ। ਚਲੋ ਜੋ ਹੋ ਗਿਆ, ਕਿਸੇ ਨੇ ਕ੍ਰਿਟੀਸਾਈਜ਼ ਕਰਤਾ, ਜੇ ਕਰਤਾ, ਚਲੋ ਜੇ ਤੁਹਾਨੂੰ ਕਿਤੇ ਗਲਤੀ ਵੀ ਲੱਗੀ ਹੈ ਜੀ, ਆਪਾਂ ਕਹਿੰਦੇ ਵੀ ਚਲੋ ਦੋਨੇ ਹੱਥ ਜੋੜ ਕੇ ਜੀ, ਮੈਂ ਕੋਈ ਹੋਰ ਬੰਦਾ ਹੁੰਦਾ ਬੰਦੇ ਮੂਹਰੇ ਮੈਂ ਸ਼ਾਇਦ ਨਾ ਮੰਗਦਾ, ਪਰ ਵੀ ਚਲ ਆਪਣੇ ਧਰਮ ਦੀ ਗੱਲ, ਆਪਣੇ ਪੰਥ ਦੀ ਗੱਲ, ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ ਨਾ, ਆਪਣੇ ਯੋਧਿਆਂ ਦੀ ਗੱਲ ਹੈ, ਚਲੋ ਠੀਕ ਹੈ ਜੀ, ਜੇ ਕਿਤੇ ਗਲਤੀ ਹੋਈ ਹੈ ਤਾਂ ਮਾਫ਼ੀ। ਪਰ ਮੈਂ ਇੱਕੋ ਹੀ ਗੱਲ ਕਹਿੰਦਾ ਵੀ ਜੇ ਈਵਨ ਕਿਸੇ ਤੋਂ ਕੁਛ ਗਲਤੀ ਹੁੰਦੀ ਹੈ ਨਾ, ਜੇ ਕੋਈ ਜੇ ਮਾਪੇ ਆਪਦੇ ਜਵਾਕ ਨੂੰ ਘੂਰਦੇ ਵੀ ਹੁੰਦੇ ਆ ਨਾ, ਤਾਂ ਉਹਨੂੰ ਥੋੜ੍ਹੇ ਟਾਈਮ ਬਾਅਦ ਬੁੱਕਲ 'ਚ ਵੀ ਲੈ ਲੈਂਦੇ, ਬਿਲਕੁਲ ਵੀ ਪੁੱਤ ਕੋਈ ਗੱਲ ਨਹੀਂ, ਚੱਲ ਜੇ ਕੁਛ ਹੋ ਗਿਆ ਕੋਈ ਨਹੀਂ, ਫਿਰ ਕੀ ਹੋਗਾ, ਪਰ ਸਿਆਣਾ ਹੋ ਜਾ, ਅਗਲੀ ਵਾਰੀ ਨਹੀਂ ਇਹੋ ਜਿਹਾ ਕੁਛ ਕਰ। ਪਰ ਜੇ ਤੁਸੀਂ ਉਹਨਾਂ ਨੂੰ ਨਫ਼ਰਤ ਹੀ ਕਰੋਗੇ ਨਾ, ਨਫ਼ਰਤ ਕਿਸੇ ਚੀਜ਼ ਦਾ ਕੋਈ ਹੱਲ ਨਹੀਂ, ਅਤੇ ਸਿਰਫ ਨਫ਼ਰਤ ਵੀ ਉਸ ਗੱਲ ਕਰਕੇ ਵੀ ਸਿਰਫ ਚਾਂਦੀ ਚਮਕਾਉਣ ਕਰਕੇ।